बहरो जन्नत की दुकान खोली। हूं जागो क्योंकि हूं मेरी तबीयत लग गई, मैं जनाब सबक सुना दूंगा। बाबा जी बहलोल जन्नत की दुकान खोली, निके निके बच्चे रखे हुए, लोग करीब आते नहीं, उस्ताद जी पैसे भी मुक गए, मछाई भी मुक गई, परेशान की हो गए, जन्नत हसनैन दी बेच के गर्ज पूरी कर लेनी, जन्नत हसनैन दी बेच के गोनर साहब गर्ज पूरी कर लेने। अच्छा बहलोल की बात ये मैं जन्नत दी डेरियां बना दी, गल सुन, सब तो पहले तू अच्छा गा के हटे, पीछे रह गए तो सारे बोलो, गल सुनो, उस वह दरबार से जाओ दस्तक दो, आखो जन्नत की दुकान खुल गई। ਇਹ ਤੁਹਾਡੀ ਦੁਆ ਦਾ ਸਰ ਕਹਿੰਦੇ ਲਾਹੌਰ ਵਿੱਚ ਮਲਕਾ ਮੈਨੂੰ ਜੋ ਮਿਲਿਆ ਤਾਂ ਕਿਤੇ ਮੈਂ ਜਨਾਬ ਤੋਹਫਾ ਦੇ ਮਿਲਾਂਗਾ। ਬੱਚੇ ਮੈਂ ਟੁੱਟ ਲੱਗਣਾ, ਬਹਿਲੋਲ ਦੀ ਵਾਲੀ ਗੱਲ ਸੁਣੋ, ਗੱਲ ਸੁਣੋ, ਉੱਥੇ ਜਾ ਕੇ ਐਲਾਨ ਕਰਨਾ ਜੋ ਜੰਨਤ ਦੀ ਦੁਕਾਨ ਖੁੱਲਦੀ ਕਿਹੜੇ ਟਾਈਮ ਨੂੰ ਬੰਦ ਕਿਹੜੇ ਟਾਈਮ ਨੂੰ, ਜੰਨਤ ਦੀ ਦੁਕਾਨ ਖੁੱਲਦੀ ਕਿਹੜੇ ਟਾਈਮ ਏ ਬੰਦ ਕਿਹੜੇ ਟਾਈਮ ਹੁੰਦੀ। ਉਹਨਾਂ ਕਿਹਾ ਅੱਛਾ, ਉੱਪਰ ਗਏ ਜ਼ਵੈਦ ਦਰਵਾਜ਼ੇ ਤੇ ਦਸਤਕ ਦਿੱਤੀ, ਉਹਨਾਂ ਕਿਹਾ ਜੀ ਐਲਾਨ ਸੁਣੇ, ਉਹਨਾਂ ਕਿਹਾ ਐਲਾਨ ਤੇ ਸਾਰੇ ਸੁਣੇ, ਉਸ ਕੇ ਜਲਦੀ ਦੇ ਨਾਲ ਆ ਜਾਓ, ਜੰਨਤ ਦੀ ਦੁਕਾਨ ਖੁੱਲ ਗਈ, ਅੱਜ ਰੇਟ ਵੀ ਸਸਤਾ ਹੈ। ਅੱਜ ਰੇਟ ਵੀ ਸਸਤਾ ਹੈ ਤੇ ਜ਼ਰੂਰਤ ਵੀ ਹੈ, ਤੇ ਜਲਦੀ ਦੇ ਨਾਲ ਆ ਜਾਓ। ਤੇ ਗੱਲ ਸੁਣੋ, ਦੁਕਾਨ ਖੁੱਲਣ ਦਾ ਤੇ ਬੰਦ ਹੋਣ ਦਾ ਟਾਈਮ ਹੈ, ਸੁਬੈਦਾ ਦੀ ਕੀ ਟਾਈਮ ਹੈ, ਤਵੱਜੋ ਕੀ ਟਾਈਮ ਹੈ। ਬੱਚੇ ਮੁਸਕੁਰਾ ਕੇ, 12 ਵਜੇ ਖੁੱਲਦੀ ਹੈ, 5 ਵਜੇ ਬੰਦ ਹੋ। ਪਾਸੇ ਦੇਖ ਕੇ ਦੀਏ ਫਿਰ ਮੇਰਾ ਘਰ ਹੋਵੇ।
واجب القدر میرے برائے خشوعی محمد والے محمد بلند السلام تشریف لے آئے.